ਇਸ ਆਲਮੀ ਮਹਾਮਾਰੀ ਦੇ ਦੌਰ ਵਿੱਚ ਰਾਹਤ ਵਾਲੀ ਗੱਲ ਇਹ ਰਹੀ ਕਿ ਇਸ ਨਾਲ ਨਜਿੱਠਣ ਲਈ 1 ਸਾਲ ਦੇ ਅੰਦਰ ਹੀ ਟੀਕਾ ਤਿਆਰ ਕਰ ਲਿਆ ਗਿਆ। ਭਾਰਤ ਸਮੇਤ ਦੁਨੀਆ ਦੇ ਹੋਰਾਂ ਦੇਸ਼ਾਂ ਵੱਲੋਂ ਕੋਵੀ ਸ਼ੀਲਡ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਨੂੰ ਕਿ ਐਸਟਰਾਜਨੇਕਾ ਅਤੇ ਆਕਸਫੋਰਡ ਦੇ ਵਿਗਿਆਨੀਆਂ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਟੀਕੇ ਦਾ ਉਤਪਾਦਨ ਭਾਰਤ ਚ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਕੀਤਾ ਗਿਆ ਹੈ। ਪਰ ਹੁਣ ਇਸ ਟੀਕੇ ਦੀ ਭਰੋਸੇਯੋਗਤਾ ਅਤੇ ਇਸ ਦੇ ਸੁਰੱਖਿਅਤ ਹੋਣ ਤੇ ਕਈ ਸਵਾਲ ਉੱਠ ਰਹੇ ਨੇ। ਡੈਨਮਾਰਕ, ਨਾਰਵੇਸਣੇ ਕਈ ਯੂਰਪੀ ਦੇਸ਼ਾਂ ਨੇ ਇਸ ਟੀਕੇ ਦੀ ਵਰਤੋਂ ਤੇ ਅਸਥਾਈ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ ਖੂਨ ਜੰਮਣ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਇਸ ਟੀਕੇ ਦੀ ਵਰਤੋਂ ਫਿਲਹਾਲ ਰੋਕ ਦਿੱਤੀ ਗਈ ਹੈ ਹਾਲਾਂਕਿ ਇਸ ਦੌਰਾਨ ਆਸਟ੍ਰੇਲੀਆ ਨੇ ਆਖਿਆ ਕਿ ਉਹ ਐਸਟਰਾਜਨੇਕਾ ਦੇ ਇਸ ਟੀਕੇ ਨੂੰ ਜਾਰੀ ਰੱਖੇਗਾ ਕਿਉਂਕਿ ਉੱਥੇ ਇਸ ਤਰ੍ਹਾਂ ਦੀ ਕੋਈ ਵੀ ਸ਼ਿਕਾਇਤ ਨਹੀਂ ਮਿਲੀ ਦੂਜੇ ਪਾਸੇ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਕੋਵਿਡ ਦੇ ਇਸ ਟੀਕੇ ਤੋਂ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਇਸ ਟੀਕੇ ਤੋਂ ਬਾਅਦ ਖੂਨ ਜੰਮਣ ਦਾ ਕੋਈ ਠੋਸ ਸਬੂਤ حاصل ਨਹੀਂ ਹੋ ਸਕਿਆ ਮਾਹਿਰਾਂ ਦਾ ਆਖਣਾ ਹੈ ਕਿ ਇਹ ਸਭ ਸਰੀਰ ਦੀ ਸਮਰੱਥਾ ਤੇ ਨਿਰਭਰ ਕਰਦਾ ਹੈ ਕਿ ਸਾਡਾ ਸਰੀਰ ਬਾਹਰੀ ਕਿਸੇ ਚੀਜ਼ ਨੂੰ ਸਵੀਕਾਰ ਕਰ ਰਿਹਾ ਹੈ ਜਾਂ ਨਹੀਂ ਉਹਨਾਂ ਦਾ ਆਖਣਾ ਹੈ ਕਿ 10 ਵਿਅਕਤੀਆਂ 'ਚੋਂ ਇੱਕ ਨੂੰ ਸਧਾਰਨ ਰਿਐਕਸ਼ਨ ਜਿਵੇਂ ਕਿ ਸਿਰਦਰਦ ਬਾਹਾਂ ਚ ਦਰਦ ਬੁਖਾਰ ਠੰਡ ਲੱਗਣਾ ਥਕਾਵਟ ਮਹਿਸੂਸ ਕਰਨਾ ਤੇ ਚੱਕਰ ਆਉਣਾ ਆਦੀ ਹੋ ਸਕਦਾ ਹੈ ਉਹਨਾਂ ਆਖਿਆ ਕਿ ਇਸ ਤੋਂ ਡਰਨ ਦੀ ਲੋੜ ਨਹੀਂ ਹੈ ਉਧਰ ਸਰਕਾਰਾਂ ਟੀਕਾਕਰਨ ਮੁਹਿੰਮ 'ਚ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਆਖ ਰਹੀਆਂ ਨੇ ਤਾਂ ਜੋ ਇਸ ਮਹਾਮਾਰੀ ਤੋਂ ਜਲਦ ਨਿਜ਼ਾਤ ਮਿਲ ਸਕੇ